ਸੋ ਦੋਸਤੋ ਮਸਤਾਨੇ ਫਿਲਮ ਨੂੰ ਅੱਜ ਰਿਲੀਜ਼ ਹੋਈ ਨੂੰ ਲਗਭਗ 7 ਦਿਨ ਹੋ ਚੁੱਕੇ ਆ ਤੇ 7 ਦਿਨਾਂ ਤੋਂ ਬਾਅਦ ਵੀ ਮਸਤਾਨੇ ਫਿਲਮ ਦਾ ਕਰੇਜ਼ ਇੰਨਾ ਜ਼ਿਆਦਾ ਹੈ ਕਿ ਅੱਜ ਵੀ ਲੋਕਾਂ ਨੂੰ ਸਿਨੇਮੇ ਘਰਾਂ ਦੇ ਵਿੱਚ ਟਿਕਟਾਂ ਨਹੀਂ ਮਿਲ ਰਹੀਆਂ, ਸੀਟਾਂ ਨਹੀਂ ਮਿਲ ਰਹੀਆਂ, ਸਿਨੇਮੇ ਹਾਲੇ ਵੀ ਹਾਊਸਫੁੱਲ ਚੱਲ ਰਹੇ ਆ। ਸੋ ਦੋਸਤੋ ਜਿੱਥੇ ਲੋਕਾਂ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਇੰਨੀ ਜ਼ਿਆਦਾ ਐਕਸਾਈਟਮੈਂਟ ਹੈ, ਉੱਥੇ ਹੀ ਕੱਲ੍ਹ ਆ ਇੱਕ ਵੀਡੀਓ ਸਾਹਮਣੇ ਆਇਆ ਜਿਸਦਾ ਮੈਂ ਤੁਹਾਨੂੰ ਨਾਲ ਸਕਰੀਨਸ਼ੋਟ ਦਿੱਤਾ ਹੋਇਆ। ਇਹ ਵੀਡੀਓ ਦੇ ਵਿੱਚ ਇਹ ਜੋ ਬਜ਼ੁਰਗ ਹੈ ਇਹ ਫਿਲਮ ਦਾ ਵਿਰੋਧ ਕਰਦਾ ਹੋਇਆ ਨਜ਼ਰ ਆਇਆ। ਸੋ ਦੋਸਤੋ ਇਹ ਵੀਡੀਓ ਵੀ ਤੁਹਾਨੂੰ ਦਿਖਾਊਂਗਾ, ਜਿਨ੍ਹਾਂ ਨੇ ਇਹ ਵੀਡੀਓ ਦੇਖ ਲਈ ਆ ਉਹ ਵੀਡੀਓ ਨੂੰ ਇੱਕ ਵਾਰੀ ਦੁਬਾਰਾ ਦੇਖਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖੀ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਸੋ ਦੋਸਤੋ ਜਦੋਂ ਤੁਸੀਂ ਇਹ ਵੀਡੀਓ ਨੂੰ ਦੇਖੋਗੇ ਨਾ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਸ ਬੰਦੇ ਦਾ ਦਿਮਾਗੀ ਸੰਤੁਲਨ ਹੈ ਜਿਹੜਾ ਉਹ ਠੀਕ ਨਹੀਂ ਹੈਗਾ, ਤੇ ਇਹ ਬੰਦੇ ਦਾ ਦਿਮਾਗ ਹੈ ਨਾ ਜਿਹੜਾ ਉਹ ਇੰਨਾ ਜ਼ਿਆਦਾ ਸਕਸ਼ਮ ਨਹੀਂ ਹੈਗਾ ਕਿ ਉਹ ਇਸ ਗੱਲ ਨੂੰ ਸਮਝ ਸਕੇ ਕਿ ਸਕਰੀਨ ਦੇ ਉੱਤੇ ਕੀ ਚੱਲ ਰਿਹਾ। ਸੋ ਦੂਸਰੀ ਗੱਲ ਤੁਸੀਂ ਇਸ ਦੇ ਵਿੱਚ ਨੋਟ ਇਹ ਕਰਨੀ ਹੈ ਕਿ ਤੁਸੀਂ ਇਹ ਦੇਖੋ ਕਿ ਇਹ ਬੰਦਾ ਗਾਲਾਂ ਕਿੰਨੀਆਂ ਕੱਢਦਾ। ਸੋ ਇਸ ਤੋਂ ਸਾਫ਼ ਪਤਾ ਲੱਗਦਾ ਕਿ ਇਹਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ। ਸੋ ਦੋਸਤੋ ਆਜੋ ਬਿਨਾਂ ਕਿਸੇ ਦੇਰੀ ਤੋਂ ਹੁਣ ਤੁਹਾਨੂੰ ਇਹ ਵੀਡੀਓ ਦਿਖਾਉਣਾ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਮੇਰੀ ਗੱਲ ਦੇ ਨਾਲ ਕਿੰਨਾ ਕੁ ਸਹਿਮਤ ਹੋ। ਜੋ ਕਿ ਮਸਤਾਨੇ ਫਿਲਮ ਆ ਇੰਨੀ ਹਵਾ ਦਿੱਤੀ ਵੀ ਇਹਦੇ ਵਿੱਚ ਕੁਛ ਨੀ ਗੰਦਾ ਸਾਰਾ, ਐਵੇਂ ਅਸੀਂ ਤਾਂ 50-60 ਬੰਦੇ ਲੈ ਕੇ ਆਏ ਮਹਾਰਾਜ ਤੋਂ ਹੰਡਾਏ ਆਏ ਅੱਜ ਦੇਖਣ, ਐਡਵਾਂਸ ਬੁੱਕ ਪਹਿਲਾਂ ਲੈ ਕੇ ਗਏ ਆ ਤੋਂ ਫੇਰ ਆਏ ਆ, ਇਹਦੇ ਵਿੱਚੋਂ ਸਾਰੇ ਮੀਟ ਖਾਈ ਜਾਂਦੇ ਆ, ਲੁੱਚਪੁਣਾ ਕਰੀ ਜਾਂਦੇ ਆ, ਕੁਛ ਨੀ ਉਹਦੇ ਵਿੱਚ ਐਡੀ ਹਵਾ ਐਡ ਬਣਾਈ ਆ ਉਹਦੇ ਵਿੱਚ ਕੁਛ ਨੀ ਗਾ। ਸਾਰੇ ਆਪਾਂ ਨੂੰ ਸਿੱਖ ਕੌਮ ਨੂੰ ਬੇਨਤੀ ਹੈ ਇਹ ਪੈਸੇ ਲੁੱਟਣ ਦਾ ਜਗਾੜ ਬਣਾਇਆ ਵਾ, ਇਹ ਕੋਈ ਫਿਲਮ ਨਾ ਦੇਖੀ ਜਾਵੇ, ਕਿਤੇ ਨਾ ਦੇਖੀ ਜਾਵੇ। ਮਸਤਾਨੇ ਫਿਲਮ ਦੇ ਵਿੱਚ ਕੁਛ ਨੀ, ਇਹਦੇ ਵਿੱਚ ਕੱਲੀ 5 ਮਿੰਟਾਂ ਦੀ ਅਰਦਾਸ ਆ, ਉਹ ਵੀ ਜਿਹੜੇ ਸਾਰੇ ਪਹਿਲਾਂ 1.25 ਘੰਟਾ ਮੀਟ ਹੀ ਖਾਈ ਜਾਂਦੇ ਆ, ਖਰੂਜੇ ਜੇ ਖਾਈ ਜਾਂਦੇ ਆ, ਗੰਦ ਕਰੀ ਜਾਂਦੇ ਆ, ਉਹਨਾਂ ਨੂੰ ਬਾਅਦ ਸਿੰਘ ਬਣਾਤਾ। ਇਹਦੇ ਵਿੱਚ ਕੁਛ ਨੀ, ਸਾਰੇ ਸਿੱਖ ਕੌਮ ਨੂੰ ਬੇਨਤੀ ਆ ਇੰਨੀ ਹਵਾ ਨਾ ਦਿਓ, ਇਹ ਬੁੱਧੂ ਬਣਾਉਣ ਵਾਲਾ ਲੁੱਟਣ ਦਾ ਬਣਾਇਆ ਹੋਇਆ, ਸਿੱਖ ਕੌਮ ਲੁੱਟਣ ਵਾਸਤੇ ਪਈ ਆ, ਬਚੋ ਸਾਰਿਆਂ ਨੂੰ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।